मैं एक ही गल कहना हुंदा वी जिन्हों कोई चक्कर है जिहड़ा ज्यादा स्टारगिरी आउंदी है ना इत्थे आओ आ देखो जोर बिना पत्ता ते थापी बजदी ना अहंकार नहीं पाकिस्तान अमर वे आउण नूं देखी करिए पर मैं वादा करदा हां कि साल दे विच विच पाकिस्तान आउंगे ਤੀਜੀ ਗੱਲ ਇਹ ਹੈ ਭਾਈ ਮੇਰਾ ਫੋਨ ਡਿੱਗ ਪਿਆ ਅਤੇ ਵੋਟਾਂ ਦੇ ਵਿੱਚ ਅਤੇ ਮੈਂ ਹਲੇ ਉਹ ਨੰਬਰ ਕਢਾ ਰਿਹਾ ਕਈ ਬੰਦੇ ਕਹਿ ਰਹੇ ਕਿ ਫੋਨ ਸਿੱਧੂ ਦਾ ਬੰਦ ਆਈ ਜਾਂਦਾ ਫੋਨ ਬੰਦ ਤਾਂ ਆ ਰਿਹਾ ਜੀ ਫੋਨ ਮੇਰਾ ਗੁਮਾ ਚ ਗਿਆ ਅਤੇ ਮੈਂ ਨੰਬਰ ਕਢਾ ਲੈਣਾ ਅਤੇ ਕੱਲ੍ਹ ਤੱਕ ਮੇਰਾ ਨੰਬਰ ਚਾਲੂ ਹੋ ਜੂਗਾ ਅਤੇ ਮੈਂ ਬਸ ਤੁਹਾਡੇ ਹੌਸਲਾ ਅਫਜਾਈ ਵਾਸਤੇ ਤਾਂ ਹੀ ਮੈਥੋਂ ਵੀਡੀਓ ਨਹੀਂ ਪਿਆ ਹੁਣ ਵੀ ਮੈਂ ਕਿਸੇ ਦੇ ਹੋਰ ਦੇ ਫੋਨ ਤੋਂ ਵੀਡੀਓ ਪਾ ਰਿਹਾ ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਕੱਲ੍ਹ ਨੂੰ ਬਈ ਰੋਡ ਸ਼ੋਅ ਹੈ ਸਾਡਾ ਅਤੇ ਕੱਲ੍ਹ ਨੂੰ ਪਹੁੰਚਿਓ ਭਰਾ ਜੀ ਨੇ ਪਹੁੰਚਣਾ 8:30 ਭੀਖੀ ਜਿੰਨੇ ਭਰਾ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਚਾਹੁਣ ਵਾਲੇ ਨੇ ਆਪੋ ਆਪਣੇ ਸਾਧਨ ਲੈ ਕੇ ਸਵੇਰੇ 8:30 ਭੀਖੀ ਪਹੁੰਚ ਜਿਓ ਬਈ ਨਵੀਂ ਅਨਾਜ ਮੰਡੀ 'ਚੋਂ ਸ਼ੁਰੂ ਕਰਾਂਗੇ 6 ਘੰਟਿਆਂ ਦਾ ਰੋਡ ਸ਼ੋਅ ਹੋਊਗਾ ਅਤੇ ਸਾਰੇ ਜਾਣੇ ਮੈਂ ਚਾਹੁੰਦਾ ਤੁਸੀਂ ਸਾਰੇ ਭਰਾ ਉੱਥੇ ਪਹੁੰਚੋ ਅਤੇ ਆਪਾਂ ਰਲ ਮਿਲ ਕੇ ਇੱਕ ਰੋਡ ਸ਼ੋਅ ਚੰਗਾ ਰੋਡ ਸ਼ੋਅ ਕੱਢੀਏ ਅਤੇ ਸਾਰੇ ਜਾਣੇ ਪਹੁੰਚੋ ਮੈਂ ਤੁਹਾਡੀ 8:30 ਉੱਥੇ ਉਡੀਕ ਕਰਾਂਗਾ ਬਈ ਸਤਿ ਸ਼੍ਰੀ ਅਕਾਲ ਸਰ ਪਾਕਿਸਤਾਨ ਕਦੋਂ ਆਉਣਾ ਬਈ ਲੈ ਜਾਓ ਪਾਕਿਸਤਾਨ ਵਾਲਿਓ ਮੈਨੂੰ ਇੱਧਰੋਂ ਆ ਕੇ ਮੈਂ ਵੀ ਗੇੜਾ ਮਾਰ ਕੇ ਜਾਣਾ ਮੇਰਾ ਇੱਥੇ ਜੀ ਨਹੀਂ ਲੱਗ ਰਿਹਾ ਹੁਣ ਬਹੁਤ ਟਾਈਮ ਹੋ ਗਿਆ ਇੱਥੇ ਸਟੱਕ ਹੋਏ ਨੂੰ ਪਰ ਇੰਨਾ ਟਾਈਮ ਮੈਂ ਇੱਕ ਜਗ੍ਹਾ ਤੇ ਰਿਹਾ ਹੀ ਨਹੀਂ ਜਦੋਂ ਮੈਨੂੰ ਲੈ ਜਾਓਗੇ ਪਾਕਿਸਤਾਨ ਵਾਲਾ ਮੈਂ ਉਦੋਂ ਹੀ ਚੱਲ ਦੂੰਗਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਭਾਈ ਸੇ ਹਾਈ ਟੂ ਯੂਰ ਪਾਕਿਸਤਾਨ ਫੈਨ ਅਸਲਾਮ ਵਾਲੇਕਮ ਜੀ ਅਸਲਾਮ ਵਾਲੇਕਮ ਭਾਜੀ ਲਵ ਯੂ ਪਾਕਿਸਤਾਨ ਵਾਲੋਂ ਟਰੱਕ ਭਰ ਕੇ ਬਸ ਪਿਆਰ ਹੀ ਭੇਜੋ ਭਰਾ ਟਰੱਕ 'ਚ ਕੁਛ ਹੋਰ ਨਾ ਪਾ ਕੇ ਭੇਜ ਦਿਓ ਲਵ ਯੂ ਟੂ ਜੱਟ ਲਵ ਯੂ ਮੇਰੇ ਬੰਨਿਓ ਵੀ ਬਾਈ ਇੱਧਰੋਂ ਟਰੱਕ ਭਰ ਕੇ ਤੁਸੀਂ ਇੱਕ ਭਰ ਕੇ ਭੇਜਿਆ ਮੈਂ 2 ਭੇਜ ਰਿਹਾ ਪਾਕਿਸਤਾਨ ਵਾਲੇ ਨੂੰ ਇੱਕ ਮੈਂ ਖੁਸ਼ਖਬਰੀ ਦੇਣਾ ਚਾਹੁੰਦਾ ਵੀ ਜਦੋਂ ਵੀ ਆਹ ਘਟਨਾ ਨਿਬੜ ਗਿਆ ਮੈਂ ਪਾਕਿਸਤਾਨ ਆ ਕੇ ਜਾਊਂਗਾ ਵਾਅਦਾ ਤੁਹਾਡਾ ਮੇਰਾ ਠੀਕ ਹੈ ਵਾਅਦਾ ਪਲੈਨ ਹੋਈ ਜਾਂਦਾ ਅਤੇ ਬਸ ਤੁਸੀਂ ਵਾਹਿਗੁਰੂ ਮੂਹਰੇ ਅੱਲਾ ਮੂਹਰੇ ਇਹੀ ਦੁਆ ਕਰੋ ਵੀ ਆਹ ਸਾਰਾ ਕਰੋਨਾ ਵਾਲਾ ਸਿਸਟਮ ਨਿਬੜ ਜੇ ਅਤੇ ਮੌਤ ਤੋਂ ਬਾਅਦ ਪਹਿਲਾ ਕੰਮ ਮੇਰਾ ਹੀ ਹੋਵੇ ਪਾਕਿਸਤਾਨ ਗੇੜਾ ਮਾਰ ਕੇ ਜਾਣਾ ਠੀਕ ਹੈ ਵੀਰੇ ਲਵ ਯੂ ਟਰੱਕ ਭਰ ਕੇ ਪਾਕਿਸਤਾਨ ਥੈਂਕ ਯੂ ਵੀਰੇ ਜਿਉਂਦੇ ਵਸਦੇ ਰਹੋ ਵੀਰੇ ਕਦੇ ਕਦੇ ਵਿਹਲੇ ਹੁੰਦੇ ਹਾਂ ਬਈ ਯਾਰ ਉੱਦਾਂ ਹੀ ਗੱਲਾਂ ਗੁੱਲਾਂ ਮਾਰਦੇ ਰਹੇ ਕਿਉਂਕਿ ਸਭ ਤੋਂ ਆਪਾਂ ਜੇ ਆਪਾਂ ਕਹੀਏ ਵੀ ਸਭ ਤੋਂ ਵੱਡੀ ਫੈਮਿਲੀ ਮੇਰੀ ਤੁਸੀਂ ਹੋ ਹੈ ਨਾ ਵੀ ਮੈਨੂੰ ਬਹੁਤ ਮੈਂ ਬਹੁਤ ਘੱਟ ਟਾਈਮ ਦਿੰਦਾ ਤੁਹਾਨੂੰ ਕਹਿੰਦਾ ਵੀ ਕਈ ਵਾਰੀ ਆਪਾਂ ਔਨਲਾਈਨ ਹੋ ਕੇ ਗੱਲਾਂ ਬਾਤਾਂ ਮਾਰੀਆਂ ਨਹੀਂ ਜਾਂਦੀਆਂ ਹੈ ਨਾ ਵੀ ਜਿਵੇਂ ਬਾਕੀ ਸਾਰੇ ਤਿੰਨ ਜਾਣੇ ਹੋ ਜਾਂਦੇ ਆ ਲਾਈਵ ਵੀ ਮੈਂ ਉਹਨਾਂ ਨਾਲ ਆਪਾਂ ਦੇ ਕਰਕੇ ਨਾ ਲਾਈਵ ਵੀ ਨਹੀਂ ਹੁੰਦੇ ਆਪਣੇ ਤਾਂ 1-2 ਭਰਾ ਨੇ ਘੁੱਟ ਜੱਫੀ